ਹੈਲੋ ਜੀ, ਕਿਵੇਂ ਹੋ ਸਾਰੇ? ਤਾਂ ਅੱਜ ਦੀ ਜਿਹੜੀ ਵੀਡੀਓ ਆਉਣ ਜਾ ਰਹੀ ਹੈ ਉਹ ਸਿਰਫ ਬੇਸਿਕ ਟੌਪਿਕ ਕਵਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਮੇਰੇ ਆਪਣੇ ਸਟੂਡੈਂਟਸ ਲਈ। ਤਾਂ ਇਸ ਦੇ ਵਿੱਚ ਸਿਰਫ ਇੰਪੋਰਟੈਂਟ ਹੀ ਕਵਰ ਕੀਤਾ ਜਾਏਗਾ, ਪੂਰਾ ਚੈਪਟਰ ਨਹੀਂ ਕਵਰ ਕੀਤਾ। ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਸਮਝ ਆਏਗਾ। ਤਾਂ ਦੇਖਦੇ ਹਾਂ ਵੀਡੀਓ। ਹੈਲੋ ਸਟੂਡੈਂਟਸ, ਇੱਕ ਨੈਕਸਟ ਵੀਡੀਓ ਦੇ ਨਾਲ ਹਾਜ਼ਰ ਹਾਂ ਜੀ। ਇਹ ਰਿਕੁਐਸਟ ਆਈ ਸੀ ਮੇਰੇ ਬਹੁਤ ਹੀ ਸਪੈਸ਼ਲ ਸਟੂਡੈਂਟ ਵੱਲੋਂ ਕਿ ਸਰ ਤੁਸੀਂ ਇਹ ਚੈਪਟਰ ਦੇ ਉੱਪਰ ਜ਼ਰੂਰ ਵੀਡੀਓ ਬਣਾਉਣਾ। ਤਾਂ ਉਸੇ ਪਰਪਸ ਦੇ ਨਾਲ ਮੈਂ ਵੀਡੀਓ ਲੈ ਕੇ ਆਇਆ। ਬੱਚੋ, ਇਹ ਚੈਪਟਰ ਹੈ ਆਪਣਾ ਆਈ ਟੀ ਬੁੱਕ ਦਾ, ਜੋ ਪਲੱਸ ਵਨ ਕਲਾਸ ਦਾ ਹੈ 7th ਚੈਪਟਰ, ਜੋ ਜ਼ਿਆਦਾਤਰ ਬੱਚੇ ਬੜਾ ਪੈਨਿਕ ਹੁੰਦੇ ਨੇ, ਡਰਦੇ ਨੇ ਇਹ ਚੈਪਟਰ ਕਰਨ ਲੱਗਿਆਂ, ਕਿਉਂਕਿ ਕਾਫੀ ਐਡਵਾਂਸ ਦਿੱਤਾ ਹੋਇਆ, ਥੋੜ੍ਹਾ ਮੋਡੀਫਿਕੇਸ਼ਨ ਦੀ ਲੋੜ ਹੈ। ਪਹਿਲਾਂ ਆਪਾਂ ਟਰਾਈ ਕਰਾਂਗੇ ਕਿ ਇਸਨੂੰ ਸਮਝੀਏ। ਆਪਾਂ ਸਭ ਤੋਂ ਪਹਿਲਾਂ ਵਿਸ਼ਾ ਸੂਚੀ ਤੋਂ ਸ਼ੁਰੂ ਕਰਦੇ ਹਾਂ, ਇੰਡੈਕਸ ਤੋਂ। ਸੋ ਫਸਟ ਸੈਸ਼ਨ ਆਪਾਂ ਕਰਾਂਗੇ ਨੈਟਵਰਕਿੰਗ ਨਾਲ ਜਾਣ ਪਛਾਣ, ਬੇਸਿਕ ਆਫ ਨੈਟਵਰਕਿੰਗ, ਦੈਨ ਓ ਐਸ ਆਈ ਮਾਡਲ, ਕਾਫੀ ਇੰਪੋਰਟੈਂਟ ਹੈ ਓ ਐਸ ਆਈ ਮਾਡਲ ਪੇਪਰ ਪੁਆਇੰਟ ਆਫ ਵਿਊ ਨਾਲ, ਦੈਨ ਟਰਮੀਨੋਲੋਜੀ ਐਂਡ ਟੈਕਨੋਲੋਜੀ, ਮੀਨਸ ਕਿਆ ਕਿਆ ਚੀਜ਼ਾਂ ਯੂਜ ਹੋਣਗੀਆਂ ਇਸ ਦੇ ਵਿੱਚ, ਦੈਨ ਨੈਟਵਰਕ ਟੈਕਨੋਲੋਜੀ ਹੈ ਅਤੇ ਇਸਨੂੰ ਐਕਸੈਸ ਕਰਨ ਦੇ ਤਰੀਕੇ। ਫਿਲਹਾਲ ਇਹਨਾਂ ਚਾਰ ਸੈਸ਼ਨਸ ਨੂੰ ਆਪਾਂ ਟਾਰਗੇਟ ਕਰਦੇ ਹਾਂ। ਤਾਂ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਮੈਂ ਬੇਸਿਕ ਹੀ ਕਵਰ ਕਰਾਂਗਾ, ਜੋ ਤੁਸੀਂ ਦੇਖ ਰਹੇ ਹੋ ਨੈਟਵਰਕਿੰਗ ਨਾਲ ਜਾਣ ਪਛਾਣ, ਸਿਰਫ ਆਹੀ ਕਵਰ ਕਰਾਂਗੇ। ਤਾਂ ਕਰਦੇ ਹਾਂ ਜੀ ਸ਼ੁਰੂ, ਇੱਕ ਵਾਰੀ ਚੈਪਟਰ ਆਪਾਂ ਕੱਢ ਲਈਏ। ਮੈਂ ਇੱਥੇ ਇਹ ਉਮੀਦ ਕਰਕੇ ਚੱਲ ਰਿਹਾ ਕਿ ਤੁਹਾਨੂੰ ਨੈਟਵਰਕਿੰਗ ਬਾਰੇ ਥੋੜ੍ਹਾ ਬਹੁਤ ਆਈਡੀਆ ਹੋਵੇਗਾ, ਠੀਕ ਹੈ ਜੀ। ਫਿਰ ਵੀ ਮੈਂ ਟਰਾਈ ਕਰਾਂਗਾ ਕਿ ਐਕਸਪਲੇਨ ਕਰਦਾ ਤੁਹਾਨੂੰ। ਤਾਂ ਸਭ ਤੋਂ ਪਹਿਲਾ ਕੁਐਸਚਨ ਜੋ ਆਪਣੇ ਮਾਈਂਡ ਦੇ ਵਿੱਚ ਆਉਂਦਾ ਹੈ, ਵਟ ਇਜ਼ ਦਾ ਨੈਟਵਰਕ? ਨੈਟਵਰਕ ਕਿਆ ਹੁੰਦਾ ਜਾਂ ਨੈਟਵਰਕਿੰਗ ਕਿਆ ਹੁੰਦੀ ਹੈ? ਬਿਲਕੁਲ ਸਹੀ, ਜਿਸ ਤਰੀਕੇ ਨਾਲ ਤੁਸੀਂ ਸੋਚ ਰਹੇ ਹੋ, ਦੋ ਜਾਂ ਦੋ ਤੋਂ ਵੱਧ ਕੰਪਿਊਟਰ ਜਦੋਂ ਆਪਸ ਦੇ ਵਿੱਚ ਜੁੜੇ ਹੋਣ ਤਾਂ ਉਸਨੂੰ ਆਪਾਂ ਨੈਟਵਰਕ ਕਹਿ ਦਿੰਦੇ ਹਾਂ। ਤਾਂ ਇੱਥੇ ਥੋੜ੍ਹੀ ਜਿਹੀ ਮੋਡੀਫਿਕੇਸ਼ਨ ਕਰਨ ਦੀ ਲੋੜ ਹੈ। ਦੋ ਜਾਂ ਦੋ ਤੋਂ ਵੱਧ ਕੰਪਿਊਟਰ ਜੁੜੇ ਤਾਂ ਹੋਣ ਆਪਸ ਦੇ ਵਿੱਚ, ਪਰ ਕਿਸੇ ਨਾ ਕਿਸੇ ਮੀਡੀਅਮ ਦੇ ਨਾਲ ਜੁੜੇ ਹੋਣ। ਮੀਡੀਅਮ ਕਹਿਣ ਦਾ ਮਤਲਬ ਹੈ ਜਾਂ ਤਾਂ ਉਹ ਵਾਇਰ ਦੇ ਨਾਲ ਜੁੜੇ ਹੋਣ, ਤਾਰਾਂ ਦੇ ਨਾਲ, ਜਿਵੇਂ ਈਥਰਨੈਟ ਕੇਬਲ ਹੋ ਗਈ, ਜਿਵੇਂ ਤੁਹਾਡੇ ਆਈ ਟੀ ਲੈਬ ਦੇ ਵਿੱਚ ਤੁਸੀਂ ਦੇਖਦੇ ਹੋ, ਤੁਹਾਡੇ ਬਸ ਸਿਸਟਮ ਕਿਸੇ ਤਾਰ ਦੇ ਨਾਲ ਜੁੜਿਆ, ਜਾਂ ਫਿਰ ਵਾਇਰਲੈਸ ਕਨੈਕਸ਼ਨ ਨਾਲ ਜੁੜੇ ਹੋਣ, ਜਿਵੇਂ ਤੁਸੀਂ ਮੋਬਾਈਲ ਟੂ ਮੋਬਾਈਲ ਕੋਈ ਸੌਂਗ ਸੈਂਡ ਕਰਨ ਲੱਗਿਆ ਕਨੈਕਟ ਹੁੰਦੇ ਹੋ, ਜਿਵੇਂ ਸ਼ੇਅਰ ਇਟ ਦੇ ਨਾਲ ਜਾਂ ਬਲੂਟੂਥ ਦੇ ਨਾਲ, ਤਾਂ ਇਸਨੂੰ ਵੀ ਆਪਾਂ ਇੱਕ ਨੈਟਵਰਕ ਕਹਿ ਦਿੰਦੇ ਹਾਂ। ਤਾਂ ਇਸਦੇ ਸਹੀ ਡੈਫੀਨੇਸ਼ਨ ਅਗਰ ਤੁਸੀਂ ਲਿਖੋਗੇ ਤਾਂ ਜ਼ਿਆਦਾ ਮਾਰਕਸ ਦੇ ਚਾਂਸਿਸ ਹੈ। ਜਿਵੇਂ ਨੈਟਵਰਕ ਤੋਂ ਭਾਵ ਹੈ ਕਿ ਦੋ ਜਾਂ ਦੋ ਤੋਂ ਵੱਧ ਕੰਪਿਊਟਰ ਆਪਸ ਤੇ ਜੁੜੇ ਹੋਣ ਤੇ ਕਿਸੇ ਮਾਧਿਅਮ ਦੇ ਨਾਲ ਜੁੜੇ ਹਨ, ਮਾਧਿਅਮ ਕੋਈ ਵੀ ਹੋ ਸਕਦਾ, ਵਾਇਰਲੈਸ ਜਾਂ ਵਾਇਰ, ਵਾਇਰ ਦੇ ਵਿੱਚ ਈਥਰਨੈਟ ਕੇਬਲ, ਵਾਇਰਲੈਸ ਦੇ ਵਿੱਚ ਬਲੂਟੂਥ ਜਾਂ ਵਾਈਫਾਈ, ਠੀਕ ਹੈ ਜੀ। ਤਾਂ ਨੈਕਸਟ ਚੀਜ਼ ਜੋ ਇਸ ਸੈਸ਼ਨ ਦੇ ਵਿੱਚ ਆਪਾਂ ਪੜਾਂਗੇ ਉਸ ਦੇ ਵਿੱਚ ਹੈ ਕਿ ਨੈਟਵਰਕਿੰਗ ਦੇ ਨਾਲ ਆਪਾਂ ਨੂੰ ਕਿਹਨਾਂ ਕਿਹਨਾਂ ਚੀਜ਼ਾਂ ਦੀ ਹੈਲਪ ਹੋ ਜਾਂਦੀ ਹੈ। ਤਾਂ ਮੈਨੂੰ ਇੱਕ ਵਾਰੀ ਪੈਨ ਔਨ ਕਰ ਲੈਣ ਦਿਓ, ਸੋ ਡੈਟ ਮੈਂ ਸਮਝਾ ਸਕਾਂ ਵਧੀਆ ਤਰੀਕੇ ਨਾਲ। ਤਾਂ ਹੁਣ ਇਹ ਜਿਹੜੀ ਲਾਈਨ ਫਸਟ ਹੈ, ਇਸ ਦੇ ਵਿੱਚ ਆਪਾਂ ਸਭ ਤੋਂ ਪਹਿਲਾ ਪੁਆਇੰਟ ਟਾਰਗੇਟ ਕਰ ਰਹੇ ਹਾਂ ਕਿ ਸੂਚਨਾ ਨੂੰ ਸ਼ੇਅਰ ਕਰ ਸਕਦੇ ਹਾਂ ਆਪਾਂ। ਬਿਲਕੁਲ ਸਹੀ ਹੈ ਜੀ, ਅਗਰ ਆਪਾਂ 10 ਸਿਸਟਮ ਸਿਰਫ ਇੱਕ ਸਿਸਟਮ ਨਾਲ ਜੁੜਿਆ ਹੋਇਆ ਤਾਂ ਪਹਿਲਾ ਸਿਸਟਮ ਜਿਸਨੂੰ ਆਪਾਂ ਸਰਵਰ ਕਹਾਂਗੇ, ਤਾਂ ਉਹ ਇਨਫੋਰਮੇਸ਼ਨ ਕੋਈ ਵੀ ਸ਼ੇਅਰ ਕਰ ਸਕਦਾ, ਇਹ ਤੁਹਾਨੂੰ ਵੀ ਪਤਾ, ਬਹੁਤ ਈਜ਼ੀ ਕਨਸੈਪਟ ਹੈ। ਦੈਨ ਉਸ ਤੋਂ ਬਾਅਦ ਅਸੀਂ ਡਾਊਨਲੋਡਿੰਗ ਜਾਂ ਅਪਲੋਡਿੰਗ, ਜੋ ਇਨਫੋਰਮੇਸ਼ਨ ਸ਼ੇਅਰਿੰਗ ਦੇ ਅੰਡਰ ਹੀ ਆਉਂਦਾ, ਉਹ ਚੀਜ਼ਾਂ ਕਹਿ ਸਕਦੇ ਹਾਂ, ਜਾਂ ਫਿਰ ਕਹਿ ਲਓ ਫਾਈਲ ਸ਼ੇਅਰਿੰਗ, ਜਿਵੇਂ ਮੈਂ ਕੋਈ ਆਪਣੀ PC1 ਦੇ ਵਿੱਚ ਫਾਈਲ ਬਣਾ ਰਿਹਾ ਤਾਂ ਉਹ PC10 ਵੀ ਚਲਾ ਸਕਦਾ ਹੈ। ਸੈਕਿੰਡ ਚੀਜ਼ ਹੈ ਹਾਰਡਵੇਅਰ ਸ਼ੇਅਰ ਕਰ ਸਕਦੇ ਹਾਂ ਆਪਾਂ ਆਪਣਾ, ਹਾਰਡਵੇਅਰ ਦੇ ਵਿੱਚ ਕਿਆ ਆ ਜਾਏਗਾ, ਲਾਈਕ ਪ੍ਰਿੰਟਰਸ, CPU ਸ਼ੇਅਰ ਹੋ ਰਿਹਾ ਆਪਣਾ, ਮੋਡਮ ਸ਼ੇਅਰ ਹੋ ਰਿਹਾ ਆਪਣਾ, ਤਾਂ ਇਹ ਸਾਰੇ ਨੈਟਵਰਕਿੰਗ ਦੇ ਫਾਇਦੇ ਹੈ। ਦੂਜੀ ਚੀਜ਼ ਨੈਟਵਰਕਿੰਗ ਦਾ ਕਿਆ ਫਾਇਦਾ ਹੋਏਗਾ ਕਿ ਆਪਾਂ ਆਪਣਾ ਸੋਫਟਵੇਅਰ ਸ਼ੇਅਰ ਕਰ ਸਕਦੇ ਹਾਂ। ਬਿਲਕੁਲ ਸਹੀ ਜੀ, ਸੋਫਟਵੇਅਰ ਕਿੱਦਾਂ ਸ਼ੇਅਰ ਹੋ ਰਿਹਾ, ਜੋ ਤੁਸੀਂ ਨੋਟ ਕਰੋਗੇ ਕਿ ਵਿੰਡੋ ਜਿਸ ਨਾਲ ਆਪਣਾ ਕੰਪਿਊਟਰ ਚੱਲ ਰਿਹਾ ਉਹ ਸਿਰਫ ਪਹਿਲੇ ਸਿਸਟਮ ਦੇ ਵਿੱਚ ਹੈ, ਪਰ ਉਸਨੂੰ 10 ਕੰਪਿਊਟਰ ਤੁਹਾਡੇ ਲੈਬ ਦੇ ਵਿੱਚ ਜੋ ਪਹਿਲੇ ਸਰਵਰ ਨਾਲ ਅਟੈਚ ਹੈ ਉਹ ਵੀ ਯੂਜ ਕਰ ਰਹੇ ਹਨ, ਠੀਕ ਹੈ ਜੀ। ਤਾਂ ਆਈ ਹੋਪ ਕਿ ਨੈਟਵਰਕਿੰਗ ਦਾ ਥੋੜ੍ਹਾ ਬਹੁਤ ਕਲੀਅਰ ਹੋਇਆ ਹੋਏਗਾ। ਤਾਂ ਅੱਜ ਦੇ ਟਾਈਮ ਦੇ ਵਿੱਚ ਅਗਰ ਆਪਾਂ ਦੇਖੀਏ ਤਾਂ ਪੂਰੀ ਦੁਨੀਆ ਦੇ ਵਿੱਚ ਨੈਟਵਰਕ ਫੈਲਿਆ ਹੋਇਆ, ਜਿਸ ਨੂੰ ਆਪਾਂ ਸਭ ਤੋਂ ਬੜਾ ਨੈਟਵਰਕ ਕਹਿ ਦਿੰਦੇ ਹਾਂ ਜੀ, ਇੰਟਰਨੈਟ
ਤਾਂ ਇਹ ਵੀ ਤਾਂ ਇੱਕ ਤਰ੍ਹਾਂ ਨਾਲ ਸਾਰੇ ਸੰਸਾਰ ਦੇ ਸਿਸਟਮ ਇੱਕ ਦੂਜੇ ਨਾਲ ਕਨੈਕਟ ਹੋਏ ਪਏ ਨੇ। ਤਾਂ ਚਲੋ ਦੇਖਦੇ ਹਾਂ ਜੀ ਨੈਕਸਟ ਇਸ ਦੇ ਵਿੱਚ ਕਿਆ ਕਵਰ ਕਰਾਂਗੇ, ਇੱਕ ਵਾਰੀ ਆਪਾਂ ਪੜ੍ਹ ਕੇ ਵੀ ਦੇਖਦੇ ਹਾਂ। ਕੰਪਿਊਟਰ ਨੈਟਵਰਕ ਜੋ ਕਿ ਅਕਸਰ ਨੈਟਵਰਕ ਨਾਲ ਜਾਣਿਆ ਜਾਂਦਾ, ਇਸ ਵਿੱਚ ਕੰਪਿਊਟਰ ਅਤੇ ਹਾਰਡਵੇਅਰ ਦੇ ਹੋਰ ਹਿੱਸੇ ਕਮਿਊਨੀਕੇਸ਼ਨ ਚੈਨਲ ਰਾਹੀਂ ਜੁੜੇ ਹੁੰਦੇ ਹਨ। ਤਾਂ ਉਹ ਕਮਿਊਨੀਕੇਸ਼ਨ ਚੈਨਲ ਉਹੀ ਸੇਮ ਚੀਜ਼ ਹੈ, ਕਿਸੇ ਮਾਧਿਅਮ ਦੇ ਨਾਲ ਜੁੜੇ ਹੋਣ, ਠੀਕ ਹੈ ਜੀ। ਤਾਂ ਇਹ ਚੈਪਟਰ ਤੁਸੀਂ ਜ਼ਰੂਰ ਪੜ੍ਹਨਾ, ਇਹ ਸਿਰਫ ਮੈਂ ਬੇਸਿਕ ਐਕਸਪਲੇਨ ਕਰ ਰਿਹਾ। ਨੈਕਸਟ ਇਸ ਤੋਂ ਬਾਅਦ ਆਉਂਦਾ, ਇਸ ਪੈਰੇ ਦੇ ਵਿੱਚ ਅਸੀਂ ਟਾਰਗੇਟ ਕਰਾਂਗੇ ਕਿ ਆਪਣਾ ਹਾਰਡਵੇਅਰ ਸ਼ੇਅਰ ਹੋ ਰਿਹਾ ਨੈਟਵਰਕ ਦੀ ਮਦਦ ਨਾਲ, ਜਿਵੇਂ ਪ੍ਰਿੰਟਰ, ਸੀ ਡੀ ਰੋਮ, ਹਾਰਡ ਡਰਾਈਵ ਵਗੈਰਾ ਵਗੈਰਾ, ਤੁਹਾਨੂੰ ਪਤਾ ਹੀ ਹੈ ਚੰਗੀ ਤਰ੍ਹਾਂ। ਦੈਨ ਉਸ ਤੋਂ ਬਾਅਦ ਆਉਂਦਾ ਨੈਟਵਰਕ ਨੂੰ ਏਰੀਆ ਦੇ ਅਕੋਰਡਿੰਗ ਆਪਾਂ ਡਿਵਾਈਡ ਕਰਦੇ ਹਾਂ। ਹੁਣ ਇੱਥੇ ਆ ਕੇ ਥੋੜ੍ਹੀ ਕਨਫਿਊਜ਼ਨ ਹੁੰਦੀ ਹੈ ਬੱਚਿਆਂ ਨੂੰ। ਦੋ ਕੁਸ਼ਚਨ ਆਉਂਦੇ ਆ, ਨੈਟਵਰਕ ਕਿੰਨੇ ਤਰ੍ਹਾਂ ਦੇ ਹੁੰਦੇ ਹਨ, ਧਿਆਨ ਨਾਲ ਨੋਟ ਕਰਿਓ। ਫਸਟ ਕੁਸ਼ਚਨ ਹੈ ਨੈਟਵਰਕ ਕਿੰਨੇ ਤਰ੍ਹਾਂ ਦੇ ਹੁੰਦੇ ਹਨ। ਸੈਕਿੰਡ ਕੁਸ਼ਚਨ ਹੈ ਨੈਟਵਰਕ ਫਿਜ਼ੀਕਲੀ ਅਰੇਂਜਮੈਂਟ, ਮਤਲਬ ਆਪਣੇ ਸਾਈਜ਼ ਦੇ ਅਕੋਰਡਿੰਗ ਕਿੰਨੇ ਤਰ੍ਹਾਂ ਦੇ ਹੁੰਦੇ ਹਨ। ਤਾਂ ਉਹ ਦੋਵੇਂ ਕੁਸ਼ਚਨ ਅਲੱਗ ਹੈ। ਅਗਰ ਕੁਸ਼ਚਨ ਆਵੇ ਕਿ ਨੈਟਵਰਕ ਕਿੰਨੀ ਤਰ੍ਹਾਂ ਦੇ ਹਨ, ਸਿਰਫ ਟਾਈਪਸ ਪੁੱਛਿਆ ਜਾਣ, ਤਾਂ ਸਾਡਾ ਆਂਸਰ ਰਹੇਗਾ ਪੀਅਰ ਟੂ ਪੀਅਰ ਐਂਡ ਸਰਵਰ ਕਲਾਇੰਟ। ਬਾਅਦ 'ਚ ਐਕਸਪਲੇਨ ਕਰਦੇ ਹਾਂ ਉਸਨੂੰ। ਅਗਰ ਨੈਟਵਰਕ ਸਾਈਜ਼ ਦੇ ਅਕੋਰਡਿੰਗ ਪੁੱਛੇ ਜਾਣ, ਤਾਂ ਤਿੰਨ ਵੈਸੇ ਦਿੱਤੇ ਹੁੰਦੇ ਆ ਬੁੱਕ 'ਚ, ਇੱਥੇ ਦੋ ਹੀ ਦਿੱਤੇ ਹੋਏ ਆ, ਪਰ ਅਸਲ ਦੇ ਵਿੱਚ ਚਾਰ ਤਰ੍ਹਾਂ ਦੇ ਹੋਣਗੇ। ਆਪਾਂ ਕਵਰ ਕਰਦੇ ਹਾਂ ਚਾਰ ਕਿਹੜੇ ਹੋਣਗੇ। ਤਾਂ ਫਸਟ ਨੈਟਵਰਕ ਦੇਖਦੇ ਹਾਂ, ਲੈਨ। ਤਾਂ ਲੈਨ, ਜਿਸਦਾ ਪੂਰਾ ਨਾਮ ਤੁਹਾਨੂੰ ਪਤਾ ਹੀ ਹੈ, ਲੋਕਲ ਏਰੀਆ ਨੈਟਵਰਕ। ਲੋਕਲ ਏਰੀਆ ਨੈਟਵਰਕ ਬਹੁਤ ਹੀ ਛੋਟਾ ਨੈਟਵਰਕ ਹੈ, ਜਿਸ ਦੇ ਵਿੱਚ ਕੰਪਿਊਟਰ ਜੁੜੇ ਹੋਣ ਆਪਸ ਦੇ ਵਿੱਚ ਕਿਸੇ ਮੀਡੀਅਮ ਦੇ ਨਾਲ, ਪਰ ਬਹੁਤ ਹੀ ਲਿਮਿਟਿਡ ਏਰੀਆ ਦੇ ਵਿੱਚ, ਜਿਵੇਂ ਸਕੂਲ, ਕਾਲਜ, ਆਫਿਸ ਐਗਜ਼ਾਮਪਲਸ ਹੈ ਇਸ ਦੀਆਂ। ਜਿਵੇਂ ਤੁਸੀਂ ਆਪਣੀ ਲੈਬ ਦੇ ਵਿੱਚ ਦੇਖ ਰਹੇ ਹੋ, ਤਾਂ ਇਹ ਲੈਨ ਦੀ ਬੈਸਟ ਐਗਜ਼ਾਮਪਲ ਹੈ। ਦੈਨ ਆਉਂਦਾ ਵੈਨ, ਵਾਈਡ ਏਰੀਆ ਨੈਟਵਰਕ। ਵਾਈਡ ਏਰੀਆ ਨੈਟਵਰਕ ਇੱਕ ਐਸਾ ਨੈਟਵਰਕ ਹੈ ਜੋ ਬਹੁਤ ਹੀ ਵਾਈਡ ਏਰੀਆ ਦੇ ਵਿੱਚ ਫੈਲਿਆ ਹੋਵੇ, ਜਿਵੇਂ ਥਰੂ ਆਊਟ ਵਰਲਡ, ਪੂਰੀ ਦੁਨੀਆਂ ਦੇ ਵਿੱਚ ਫੈਲਿਆ ਹੋਇਆ। ਤਾਂ ਇੰਟਰਨੈਟ ਇਸ ਦੀ ਬੈਸਟ ਐਗਜ਼ਾਮਪਲ ਰਹੇਗੀ। ਫਿਰ ਉਸ ਤੋਂ ਬਾਅਦ ਆਉਂਦਾ ਆਪਣੇ ਕੋਲ ਇੱਕ ਮੈਨ, ਜੋ ਤੁਸੀਂ ਨੋਰਮਲੀ ਕੰਪਿਊਟਰ ਸਬਜੈਕਟ ਦੇ ਵਿੱਚ ਵੀ ਪੜ੍ਹਦੇ ਹੋ। ਮੈਨ ਦਾ ਪੂਰਾ ਨਾਮ ਹੈ ਮੈਟਰੋਪੋਲੀਟਨ ਏਰੀਆ ਨੈਟਵਰਕ, ਜੋ ਕਿ ਵਾਈਡ ਤੋਂ ਛੋਟਾ ਪਰ ਲੈਨ ਤੋਂ ਬੜਾ, ਜਿਸ ਦੇ ਵਿੱਚ ਕਨੈਕਟੀਵਿਟੀ ਹੋਏਗੀ, ਨੈਟਵਰਕ ਜੁੜੇ ਹੋਣਗੇ ਥੋੜ੍ਹਾ ਬੜੇ ਖੇਤਰ ਦੇ ਵਿੱਚ, ਜਿਵੇਂ ਇੱਕ ਸ਼ਹਿਰ ਦਾ ਨੈਟਵਰਕ ਦੂਜੇ ਸ਼ਹਿਰ ਦੇ ਨਾਲ। ਐਗਜ਼ਾਮਪਲ, ਮੰਨ ਲਓ ਕੋਈ ਸਕੂਲ ਹੈ ਜੋ ਪਟਿਆਲੇ ਹੈ, ਪਟਿਆਲਾ ਸਿਟੀ ਦੇ ਵਿੱਚ ਕੋਈ ਸਕੂਲ ਹੈ, ਅਗਰ ਉਹ ਕਨੈਕਟ ਹੋ ਜਾਵੇ ਰਾਜਪੁਰਾ ਸਿਟੀ ਦੇ ਵਿੱਚ, ਤਾਂ ਉਸ ਨੈਟਵਰਕ ਨੂੰ ਆਪਾਂ ਮੈਟਰੋਪੋਲੀਟਨ ਏਰੀਆ ਨੈਟਵਰਕ ਕਹਿ ਸਕਦੇ ਹਾਂ। ਨੈਕਸਟ ਆਪਣੇ ਕੋਲ ਆਉਂਦਾ ਕਿ ਜਦੋਂ ਆਪਾਂ ਨੈਟਵਰਕ ਬਣਾ ਰਹੇ ਹੋਈਏ, ਇਸ ਹੈਡਿੰਗ ਦੇ ਅੰਡਰ, ਵੀ ਜਦੋਂ ਆਪਾਂ ਨੈਟਵਰਕ ਬਣਾਈਏ ਤਾਂ ਕਿਸ ਤਰ੍ਹਾਂ ਨਾਲ ਬਣਾ ਸਕਦੇ ਹਾਂ। ਤਾਂ ਇਹ ਐਗਜ਼ਾਮਪਲ ਦੇ ਵਿੱਚ ਵੀ ਮੈਂ ਦੱਸ ਚੁੱਕਿਆ ਸੀ ਕਿ ਆਪਣਾ ਜੋ ਨੈਟਵਰਕ ਹੈ ਉਹ ਕਿਸੇ ਮੀਡੀਅਮ ਦੇ ਨਾਲ ਜੁੜਿਆ ਹੋਵੇ, ਤਾਂ ਉਰੇ ਫਸਟ ਉਹੀ ਚੀਜ਼ ਹੈ, ਕੇਬਲ ਦੇ ਨਾਲ ਬਣਾ ਸਕਦੇ ਹਾਂ। ਸੈਕਿੰਡ, ਸੀਰੀਅਲ ਅਤੇ ਪੈਰਲਲ ਪੋਰਟ ਵਰਤ ਕੇ, ਸੀਰੀਅਲ ਐਂਡ ਪੈਰਲਲ ਪੋਰਟ ਜੋ ਪਿੰਕ ਐਂਡ ਬੇਸਿਕਲੀ ਬਲੂ ਐਂਡ ਯੈਲੋ ਕਲਰ ਦੇ ਪੋਰਟਸ ਤੁਹਾਡੀ ਸੀਪੀਯੂ ਦੇ ਪਿੱਛੇ ਦਿਖਣਗੇ, ਉਹਨਾਂ ਨੂੰ ਆਪਾਂ ਸੀਰੀਅਲ ਐਂਡ ਪੈਰਲਲ ਪੋਰਟ ਕਹਿ ਦਿੰਦੇ ਹਾਂ। ਤਾਂ ਓਲਡ ਟੈਕਨੀਕ ਸੀ, ਉਸ ਟਾਈਮ ਜੋ ਡਿਵਾਈਸਿਸ ਕਨੈਕਟ ਹੁੰਦੇ ਸੀ ਉਹਨਾਂ ਨਾਲ ਹੁੰਦੇ ਸੀ, ਤਾਂ ਉਹਨਾਂ ਨਾਲ ਵੀ ਆਪਾਂ ਨੈਟਵਰਕ ਬਣਾ ਸਕਦੇ ਹਾਂ। ਅਗਲੀ ਵਾਇਰਲੈਸ ਟੈਕਨੀਕ ਹੈ ਬਲੂਟੂਥ ਨਾਲ, ਤੁਹਾਨੂੰ ਚੰਗੀ ਤਰ੍ਹਾਂ ਪਤਾ ਜਦੋਂ ਮੋਬਾਈਲ ਤੁਸੀਂ ਕਨੈਕਟ ਕਰਦੇ ਹੋ ਤਾਂ ਉਹ ਵੀ ਤੁਹਾਡਾ ਇੱਕ ਨੈਟਵਰਕ ਹੈ। ਵਾਈਫਾਈ ਨਾਲ ਸ਼ੇਅਰ ਇਟ ਬਹੁਤ ਹੀ ਫੇਮਸ ਐਗਜ਼ਾਮਪਲ ਹੈ ਇਸਦੀ। ਦੈਨ ਨੈਕਸਟ ਮੈਂ ਸਟਾਰਟਿੰਗ 'ਤੇ ਗਿਆ ਸੀ ਕਿ ਇਹਨਾਂ ਦੀਆਂ ਚਾਰ ਟਾਈਪਸ ਹਨ, ਤਿੰਨ ਆਪਾਂ ਕਵਰ ਕਰ ਲਿਆ, ਲੈਨ, ਮੈਨ ਐਂਡ ਵੈਨ। ਇੱਕ ਫੋਰਥ ਟਾਈਪ ਹੈ ਪੈਨ, PAN। ਪੈਨ ਸਟੈਂਡਸ ਫੋਰ ਪਰਸਨਲ ਏਰੀਆ ਨੈਟਵਰਕ, ਉਹ ਨੈਟਵਰਕ ਜੋ ਬਹੁਤ ਹੀ ਛੋਟੇ ਏਰੀਆ ਦੇ ਵਿੱਚ ਬਣਾਇਆ ਜਾਵੇ, ਜਿਵੇਂ ਇੱਕ ਮੋਬਾਈਲ ਦੂਜੇ ਨਾਲ ਕਨੈਕਟ ਹੈ ਬਲੂਟੂਥ ਨਾਲ ਜਾਂ ਵਾਈਫਾਈ ਨਾਲ, ਤਾਂ ਉਸ ਨੈਟਵਰਕ ਨੂੰ ਆਪਾਂ ਪੈਨ ਕਹਿ ਦਿੰਦੇ ਹਾਂ। ਦੈਨ ਨੈਕਸਟ ਟੈਕਨੀਕ ਹੈ ਹੱਬ ਜਾਂ ਨੈਟਵਰਕ ਨਾਲ ਆਪਾਂ ਜੁੜ ਜਾਂਦੇ ਹਾਂ। ਤਾਂ ਇਹ ਡਿਵਾਈਸਿਸ ਹੈ ਜੀ, ਨੈਟਵਰਕਿੰਗ ਡਿਵਾਈਸ। ਦੈਨ ਸੋਹੋ ਰਾਊਟਰ ਦੀ ਐਗਜ਼ਾਮਪਲ ਦਿੱਤੀ ਗਈ ਹੈ। ਤਾਂ ਰਾਊਟਰ ਇੱਕ ਐਸੀ ਚੀਜ਼ ਹੈ ਜਿਸ ਦੇ ਨਾਲ ਆਪਾਂ ਦੋ ਨੈਟਵਰਕਸ ਨੂੰ ਆਪਸ ਦੇ ਵਿੱਚ ਜੋੜਦੇ ਹਾਂ। ਹੱਬ ਐਂਡ ਸਵਿੱਚ
ऐसे डिवाइसेज हैं जिस दे नाल आपां नेटवर्क दे विच डिवाइसेज नूं आपस ते जोड़दे हां। हुण देखो इस नूं थोड़ा जिहा एक्सप्लेन कर दिंदा हां। ਹੁਣ CPU ਦੇ ਬੈਕ ਸਾਈਡ ਸਿਰਫ ਇੱਕ ਸਿਸਟਮ ਜੁੜ ਸਕਦਾ ਹੈ। ਅਗਰ ਮਲਟੀਪਲ ਸਿਸਟਮ ਲਗਾਉਣੇ ਹੋਣ, ਮਤਲਬ ਇੱਕ CPU ਦੇ ਨਾਲ 10 ਕੰਪਿਊਟਰ ਹੋਰ ਜੋੜਨੇ ਹੋਣ, ਤਾਂ ਦੋ ਟੈਕਨੀਕਸ ਹੈ। ਜਾਂ ਤਾਂ ਤੁਸੀਂ ਕੰਪਿਊਟਰ ਦੇ ਵਿੱਚ ਐਕਸਟਰਾ ਪੋਰਟਸ ਲਗਵਾਓ, ਉਸ ਵਿੱਚ ਖਰਚਾ ਜ਼ਿਆਦਾ ਹੈ, ਜਾਂ ਫਿਰ ਤੁਸੀਂ ਸਵਿੱਚ ਜਾਂ ਹੱਬ ਯੂਜ਼ ਕਰੋ, ਤਾਂ ਇੱਕ ਤਾਰ ਜੋ ਹੱਬ ਦੀ ਰਹੇਗੀ ਉਹ ਤੁਹਾਡੇ CPU ਦੇ ਵਿੱਚ, ਬਾਕੀ ਹੱਬ ਦੇ ਵਿੱਚ 4 ਪੋਰਟ ਹੱਬ ਆ ਜਾਂਦਾ ਆਪਣੇ ਕੋਲ, ਜਾਂ 8 ਪੋਰਟ ਜਾਂ 16 ਪੋਰਟ, ਤਾਂ 16 ਕੰਪਿਊਟਰ ਮੈਕਸੀਮਮ, ਲਾਈਕ 16 ਕੰਪਿਊਟਰ। ਲੈਟਸ ਸਪੋਜ਼ ਕਿ ਆਪਣੇ ਕੋਲ 8 ਪੋਰਟਸ ਵਾਲਾ ਸਵਿੱਚ ਹੈ, ਤਾਂ ਮੈਕਸੀਮਮ 8 ਕੰਪਿਊਟਰ ਆਪਾਂ ਇੱਕ ਹੱਬ ਦੇ ਨਾਲ ਜੋੜ ਸਕਦੇ ਹਾਂ, ਅਤੇ ਉਹ ਹੱਬ ਆਪਣੇ CPU ਨਾਲ ਜੁੜਿਆ ਹੋਇਆ, ਤਾਂ ਇਸ ਤਰੀਕੇ ਨਾਲ ਵੀ ਆਪਾਂ ਯੂਜ਼ ਕਰ ਸਕਦੇ ਹਾਂ ਨੈਟਵਰਕ ਨੂੰ। ਦੈਨ ਆਪਣੇ ਕੋਲ ਦੋ ਨੈਟਵਰਕਿੰਗ ਮਾਡਲ ਆ ਗਏ, ਜਿਸ ਨੂੰ ਮੈਂ ਥੋੜ੍ਹੀ ਦੇਰ ਪਹਿਲਾਂ ਵੀ ਦੱਸਿਆ ਸੀ ਕਿ ਨੈਟਵਰਕਿੰਗ ਦੀਆਂ ਟਾਈਪਸ ਕਿੰਨੀਆਂ। ਤਾਂ ਇਹ ਦੋ ਆ ਗਏ, ਪੀਅਰ ਟੂ ਪੀਅਰ, ਦੈਨ ਕਲਾਇੰਟ ਸਰਵਰ। ਕਾਫੀ ਇੰਟਰਸਟਿੰਗ ਚੀਜ਼ ਹੈ, ਧਿਆਨ ਨਾਲ ਸਮਝੋ। ਪੀਅਰ ਟੂ ਪੀਅਰ ਦੇ ਵਿੱਚ ਕਿਆ ਹੋਵੇਗਾ, ਹਰ ਕੰਪਿਊਟਰ ਦੇ ਵਿੱਚ ਆਪਣੇ ਅਲੱਗ ਤੋਂ ਪਾਵਰ ਹੈ। ਇਟ ਮੀਨਸ ਕਿ ਸਾਰੇ ਕੰਪਿਊਟਰ ਆਪਸ 'ਤੇ ਜੁੜੇ ਹੋਏ ਆ, ਐਂਡ ਸਾਰੇ ਕੰਪਿਊਟਰਾਂ ਕੋਲ ਆਪਣੇ ਆਪਣੇ CPU ਹੈ। ਹਰ ਇੱਕ ਕੰਪਿਊਟਰ ਇਕੁਅਲੀ ਪਾਵਰਫੁੱਲ ਹੈ, ਮਤਲਬ ਜੇ ਪਹਿਲੇ ਸਰਵਰ ਜੇ ਦੂਜੇ ਕੰਪਿਊਟਰਸ ਨੂੰ ਕੰਟਰੋਲ ਕਰ ਸਕਦਾ ਹੈ, ਤਾਂ ਦੂਜੇ ਕੰਪਿਊਟਰ ਵੀ ਹੋਰ ਅਲੱਗ ਕੰਪਿਊਟਰਸ ਨੂੰ ਕੰਟਰੋਲ ਕਰ ਸਕਦੇ ਹਨ। ਤਾਂ ਇਹ ਮਤਲਬ ਕਹਿਣ ਦਾ ਕਿ ਸਹੀ ਐਗਜ਼ਾਮਪਲ ਤਾਂ ਨਹੀਂ ਰਹੇਗੀ, ਪਰ ਆਈ ਹੋਪ ਕਿ ਤੁਸੀਂ ਸਮਝ ਰਹੇ ਹੋਵੋਗੇ ਕਿ ਹਰ ਇੱਕ ਕੰਪਿਊਟਰ ਕੋਲ ਆਪਣਾ ਕੰਟਰੋਲ ਹੋਵੇਗਾ। ਸਿੰਪਲ ਜਿਹਾ ਐਗਜ਼ਾਮਪਲ ਹੈ ਕਿ ਹਰ ਇੱਕ ਕੰਪਿਊਟਰ ਜੋ ਨੈਟਵਰਕ ਦੇ ਵਿੱਚ ਜੁੜਿਆ, ਸਾਰੇ ਕੋਲ ਆਪਣੇ CPUs ਹੋਣਗੇ, ਕੋਈ ਕਿਸੇ 'ਤੇ ਡਿਪੈਂਡ ਨਹੀਂ ਰਹੇਗਾ। ਕਲਾਇੰਟ ਸਰਵਰ ਦੇ ਵਿੱਚ ਕੁਛ ਉਲਟਾ ਸਿਸਟਮ ਹੈ, ਜੋ ਆਪਣੀ IT ਲੈਬ ਦੀ ਐਗਜ਼ਾਮਪਲ ਵੀ ਆਪਾਂ ਲੈ ਸਕਦੇ ਹਾਂ। ਇੱਕ ਸਰਵਰ ਹੋਵੇਗਾ ਜਿਸ ਦੇ ਨਾਲ ਸਾਰੇ ਕੰਪਿਊਟਰ ਜੁੜਨਗੇ, ਤਾਂ ਸਰਵਰ ਮੇਨ ਕੰਪਿਊਟਰ ਹੈ, ਬਾਕੀ ਜੋ ਕਲਾਇੰਟਸ ਹੈ ਉਹ ਸਰਵਰ ਦੇ ਉੱਪਰ ਡਿਪੈਂਡ ਰਹਿਣਗੇ, ਤਾਂ ਇਸ ਨੂੰ ਆਪਾਂ ਕਲਾਇੰਟ ਸਰਵਰ ਆਰਕੀਟੈਕਚਰ ਵੀ ਕਹਿ ਦਿੰਦੇ ਹਾਂ। ਦੈਨ ਉਸ ਤੋਂ ਬਾਅਦ ਬੱਚੋ, ਇਸ ਦੇ ਵਿੱਚ ਮੈਂ ਸਿਰਫ ਉਹ ਚੀਜ਼ਾਂ ਕਵਰ ਕਰ ਰਿਹਾ ਜੋ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਜਾਂ ਫਿਰ ਸਮਝਣ ਦੇ ਲਈ ਇੰਪੋਰਟੈਂਟ ਹੈ। ਮੈਂ ਸਾਰਾ ਚੈਪਟਰ ਨਹੀਂ ਕਵਰ ਕਰੂੰਗਾ, ਫਰਦਰ ਜੋ ਵੀਡੀਓਜ਼ ਆਉਣਗੇ ਉਸਦੇ ਵਿੱਚ ਵੀ ਮੈਂ ਪੂਰਾ ਚੈਪਟਰ ਨਹੀਂ ਕਵਰ ਕਰਾਂਗਾ, ਸਿਰਫ ਜੋ ਇੰਪੋਰਟੈਂਟ ਹੈਗਾ ਸਿਰਫ ਉਹੀ ਕਵਰ ਕਰਾਂਗੇ। ਦੈਨ ਆਉਂਦਾ ਆਪਣੇ ਕੋਲ ਤਿੰਨ ਚੀਜ਼ਾਂ ਡੈਫੀਨੇਸ਼ਨਸ ਆਉਂਦੀਆਂ ਨੇ, ਇੰਟਰਨੈਟ, ਇੰਟਰਨੈਟ ਐਂਡ ਐਕਸਟਰਾਨੈਟ। ਇਹ ਵੀ ਕਾਫੀ ਅੱਛੀ ਚੀਜ਼ ਹੈ ਸਮਝਣ ਦੇ ਲਈ, ਇੰਟਰਨੈਟ ਤੁਹਾਨੂੰ ਚੰਗੀ ਤਰ੍ਹਾਂ ਪਤਾ। ਹੁਣ ਬੱਚੇ ਇੱਥੇ ਕਿਆ ਗਲਤੀ ਕਰਦੇ ਆ, ਇਸਨੂੰ ਲਿਖਣ ਲੱਗਿਆ ਜਾਂ ਦੱਸਣ ਲੱਗਿਆ, ਇੰਟਰਨੈਟ ਜੀ ਜਿਸ ਤੋਂ ਅਸੀਂ ਗਾਣੇ ਡਾਊਨਲੋਡ ਕਰ ਸਕਦੇ ਹਾਂ ਜਾਂ ਫਿਰ ਮੂਵੀਜ਼ ਦੇਖ ਸਕਦੇ ਹਾਂ, ਉਸਨੂੰ ਇੰਟਰਨੈਟ ਕਹਿੰਦੇ ਹਨ। ਤਾਂ ਇਹ ਬਿਲਕੁਲ ਗਲਤ ਹੈ ਜੀ, ਕਿਉਂਕਿ ਇਹ ਯੂਸੇਜ ਹੋ ਗਏ ਇੰਟਰਨੈਟ ਦੇ, ਕਿ ਆਪਾਂ ਯੂਜ਼ ਕਿਵੇਂ ਕਰ ਸਕਦੇ ਹਾਂ ਇੰਟਰਨੈਟ ਨੂੰ, ਜਾਂ ਇੰਟਰਨੈਟ ਤੋਂ ਆਪਾਂ ਕੀ ਕਰ ਸਕਦੇ ਹਾਂ, ਗਾਣੇ ਡਾਊਨਲੋਡ ਕਰ ਸਕਦੇ ਹਾਂ, ਵੀਡੀਓਜ਼ ਦੇਖ ਸਕਦੇ ਹਾਂ, ਇਹ ਉਸਦੇ ਯੂਜ਼ ਹੋ ਗਏ। ਪਰ ਇਸਦੀ ਡੈਫੀਨੇਸ਼ਨ ਹੈ, ਜਦੋਂ ਬਹੁਤ ਸਾਰੇ ਨੈਟਵਰਕ ਆਪਸ ਦੇ ਵਿੱਚ ਜੁੜ ਕੇ ਇੱਕ ਬਹੁਤ ਵੱਡਾ ਨੈਟਵਰਕ ਬਣਾ ਲੈਣ, ਤਾਂ ਉਸਨੂੰ ਆਪਾਂ ਇੰਟਰਨੈਟ ਕਹਿੰਦੇ ਹਾਂ। ਜਿਵੇਂ ਮੰਨ ਲਓ ਪਟਿਆਲਾ ਸਿਟੀ ਦਾ ਕੋਈ ਨੈਟਵਰਕ ਹੈ, ਚੰਡੀਗੜ੍ਹ ਕਨੈਕਟ ਹੈ, ਚੰਡੀਗੜ੍ਹ ਦਾ ਨੈਟਵਰਕ ਹੈ, ਡੈਲੀ ਕਨੈਕਟ ਹੈ, ਡੈਲੀ ਦਾ ਨੈਟਵਰਕ ਹੈ, ਕੈਨੇਡਾ ਕਨੈਕਟ ਹੈ, ਕੈਨੇਡਾ ਦਾ ਕੋਈ, ਅਮੈਰੀਕਾ ਕਨੈਕਟ ਹੈ, ਕਰਦੇ ਕਰਾਉਂਦੇ ਆਪਾਂ ਗਲੋਬਲੀ ਕਨੈਕਟ ਹੋ ਗਏ। ਹੋਰ ਇੱਕ ਵਰਡ ਵੀ ਆ ਰਿਹਾ ਗਲੋਬਲ ਸਿਸਟਮ, ਗਲੋਬਲੀ ਕਨੈਕਟ ਹੋ ਗਏ ਪੂਰੀ ਦੁਨੀਆ ਦੇ ਵਿੱਚ, ਤਾਂ ਉਸਨੂੰ ਆਪਾਂ ਇੰਟਰਨੈਟ ਕਹਿੰਦੇ ਹਾਂ। ਆਈ ਹੋਪ ਕਿ ਸਮਝ ਆਇਆ ਹੋਵੇਗਾ ਇਹ ਸਾਰਿਆਂ ਨੂੰ। ਦੈਨ ਇਸ ਦੇ ਵਿੱਚ ਇੱਕ ਵਰਡ ਆ ਰਿਹਾ TCP/IP ਪ੍ਰੋਟੋਕੋਲ, ਦੈਟ ਇਜ਼ ਟਰਾਂਸਮਿਸ਼ਨ ਕੰਟਰੋਲ ਇੰਟਰਨੈਟ ਪ੍ਰੋਟੋਕੋਲ। ਇਸ ਦਾ ਮਤਲਬ ਹੈ ਕਿ ਪਹਿਲੀ ਗੱਲ ਤਾਂ ਇਹ TCP/IP ਹੈ ਕਿਆ, ਇੱਕ ਰੂਲ ਹੈ, ਨਿਯਮ ਹੈ, ਜਿਸ ਦੇ ਨਾਲ ਅਸੀਂ ਕਨੈਕਟ ਹੋ ਰਹੇ ਹਾਂ ਜਾਂ ਡਾਟਾ ਸ਼ੇਅਰ ਕਰ ਰਹੇ ਹਾਂ। ਇਹ ਕਾਫੀ ਡਿਟੇਲ ਦੇ ਵਿੱਚ ਅੱਗੇ ਪੜਾਂਗੇ ਆਪਾਂ। ਤਾਂ ਇੱਕ ਸੈੱਟ ਆਫ ਨਿਯਮ ਹੈ, ਮਤਲਬ ਨਿਯਮਾਂ ਦਾ ਸਮੂਹ ਹੈ ਜਿਸ ਦੇ ਨਾਲ ਅਸੀਂ ਜੁੜ ਰਹੇ ਹਾਂ ਇੱਕ ਦੂਜੇ ਨਾਲ। ਦੈਨ ਅੱਗੇ ਯੂਸੇਜ ਹੈ ਵੀ ਕਿਆ ਕਿਆ ਕਰ ਸਕਦੇ ਹਾਂ ਆਪਾਂ, ਲਾਈਕ ਇੰਟਰਨੈਟ ਨੂੰ ਆਨਲਾਈਨ ਸ਼ੋਪਿੰਗ, ਮੇਰੇ ਤੋਂ ਜ਼ਿਆਦਾ ਤੁਹਾਨੂੰ ਪਤਾ ਹੈ। ਨੈਕਸਟ ਚੀਜ਼ ਕਰਦੇ ਹਾਂ ਇੰਟਰਨੈਟ। ਹੁਣ ਦੇਖੋ ਇੰਟਰਨੈਟ ਕਾਫੀ ਬੜੀ ਚੀਜ਼ ਸੀ, ਅਗਰ ਉਸ ਚੀਜ਼ ਨੂੰ ਆਪਾਂ ਲਿਮਿਟਿਡ ਕਰ ਦਈਏ, ਜਿਵੇਂ ਸਿਰਫ ਆਪਣੀ ਲੈਬ ਕਨੈਕਟ ਹੈ, ਤਾਂ ਉਹ ਇੰਟਰਨੈਟ ਦੀ ਐਗਜ਼ਾਮਪਲ ਹੈ। ਪਰ ਇੱਥੇ ਇੱਕ ਸ਼ਰਤ ਹੈ ਕਿ ਆਪਣੀ ਲੈਬ ਬਾਹਰ ਨਹੀਂ ਕਨੈਕਟ ਹੋਣੀ ਚਾਹੀਦੀ ਹੈ। ਆਪਣੀ ਲੈਬ ਦੇ ਵਿੱਚ ਨੈਟਵਰਕ ਤਾਂ ਬਣਿਆ ਹੋਇਆ, ਪਰ ਆਪਾਂ ਇੰਟਰਨੈਟ ਨਾਲ ਨਹੀਂ ਕਨੈਕਟਿਡ ਹਾਂ, ਤਾਂ ਆਪਾਂ ਇੰਟਰਾਨੈਟ ਕਹਿ ਲਵਾਂਗੇ।
ਜਿਸ ਦੇ ਵਿੱਚ ਆਪਾਂ ਆਪਣੇ ਡਿਵਾਈਸਿਸ ਸ਼ੇਅਰ ਕਰ ਰਹੇ ਹਾਂ, ਜਿਵੇਂ ਇੱਕ ਬਿਲਡਿੰਗ ਦੇ ਵਿੱਚ ਪੂਰੀ ਬਿਲਡਿੰਗ ਦੇ ਕੰਪਿਊਟਰ ਜਿਹੜੇ ਆ ਉਹ ਨੈੱਟਵਰਕਿੰਗ ਨਾਲ ਜੁੜੇ ਹੋਏ ਆ। ਇਸ ਦੀ ਬੈਸਟ ਐਗਜ਼ਾਮਪਲ ਰਹੇਗੀ ਆਪਣੇ ਆਈ ਟੀ ਲੈਬ, ਇਹ ਲੈ ਸਕਦੇ ਹਾਂ ਜੀ ਆਪਾਂ ਐਗਜ਼ਾਮਪਲ ਕਿ ਆਪਾਂ ਜੁੜੇ ਤਾਂ ਹੋਏ ਹਾਂ, ਆਪਾਂ ਆਪਣੇ ਡਿਵਾਈਸਿਸ ਵੀ ਸ਼ੇਅਰ ਕਰ ਰਹੇ ਹਾਂ, ਜਿਵੇਂ ਸੀ ਪੀ ਯੂ ਸ਼ੇਅਰ ਕਰ ਰਹੇ ਹਾਂ, ਪ੍ਰਿੰਟਰ ਸ਼ੇਅਰ ਕਰ ਰਹੇ ਹਾਂ, ਪਰ ਆਪਾਂ ਇੰਟਰਨੈੱਟ ਨਾਲ ਨਹੀਂ ਜੁੜੇ ਹੋਏ। ਹਾਂ, ਜੇ ਕਿਸੇ ਲੈਬ 'ਚ ਚੱਲਦਾ ਤਾਂ ਉਹ ਅਲੱਗ ਗੱਲ ਹੈ, ਪਰ ਜੇ ਇੰਟਰਨੈੱਟ ਨਹੀਂ ਚੱਲਦਾ ਤਾਂ ਆਪਾਂ ਇੰਟਰਨੈੱਟ ਦੇ ਐਗਜ਼ਾਮਪਲ ਲੈ ਰਹੇ ਹਾਂ। ਤਾਂ ਇਸ ਦੇ ਵਿੱਚ ਵੀ ਕੋਈ ਰੂਲਸ ਯੂਜ਼ ਹੋ ਰਹੇ ਹਾਂ, POP3, SMTP, FTP, ਇਹ ਡਿਟੇਲ ਦੇ ਵਿੱਚ ਅੱਗੇ ਆਏਗਾ। ਦੈਨ ਆਉਂਦਾ ਐਕਸਟਰਾਨੈੱਟ, ਤਾਂ ਇਹ ਨਵੀਂ ਚੀਜ਼ ਹੈ ਜੀ। ਐਕਸਟਰਾਨੈੱਟ ਕਿਆ ਹੁੰਦਾ? ਐਕਸਟਰਾਨੈੱਟ ਦਾ ਮਤਲਬ ਹੈ ਇੰਟਰਨੈੱਟ ਤੋਂ ਛੋਟਾ ਪਰ ਇੰਟਰਨੈੱਟ ਤੋਂ ਥੋੜ੍ਹਾ ਜਿਹਾ ਬੜਾ, ਜਿਸ ਦੇ ਵਿੱਚ ਕਿਆ ਹੋਵੇਗਾ, ਐਕਸਟਰਾਨੈੱਟ ਦੇ ਵਿੱਚ ਆਪਾਂ ਜੁੜੇ ਹੋਏ ਹਾਂ ਨੈੱਟਵਰਕ ਦੇ ਨਾਲ ਅਤੇ ਇੰਟਰਨੈੱਟ ਦੇ ਨਾਲ ਵੀ ਆਪਾਂ ਜੁੜੇ ਹੋਏ ਹਾਂ। ਐਕਸਟਰਾਨੈੱਟ ਜੋ ਇਸ ਤੋਂ ਪਹਿਲਾਂ ਸੋਰੀ ਇੰਟਰਨੈੱਟ ਜੋ ਇਸ ਤੋਂ ਪਹਿਲਾਂ ਪੜਿਆ ਸੀ ਉਸਦੇ ਵਿੱਚ ਆਪਾਂ ਇੰਟਰਨੈੱਟ ਨਾਲ ਨਹੀਂ ਜੁੜੇ ਸੀ, ਪਰ ਇਸ ਦੇ ਵਿੱਚ ਐਕਸਟਰਾਨੈੱਟ ਦੇ ਵਿੱਚ ਆਪਾਂ ਇੰਟਰਨੈੱਟ ਨਾਲ ਜੁੜੇ ਹੋਏ ਹਾਂ। ਧਿਆਨ ਨਾਲ ਸਮਝੋ, ਐਕਸਟਰਾਨੈੱਟ ਦੇ ਵਿੱਚ ਅਸੀਂ ਨੈੱਟਵਰਕ ਤਾਂ ਬਣੇ ਹੋਏ ਹਾਂ, ਨੈੱਟਵਰਕ ਬਣਨ ਦੇ ਨਾਲ ਨਾਲ ਆਪਾਂ ਇੰਟਰਨੈੱਟ ਨਾਲ ਵੀ ਕਨੈਕਟਡ ਹਾਂ, ਪਰ ਐਕਸਟਰਾਨੈੱਟ ਦੇ ਜੋ ਨੈੱਟਵਰਕਿੰਗ ਸਿਸਟਮ ਦੇ ਵਿੱਚ ਕੰਪਿਊਟਰ ਯੂਜ਼ ਹੋ ਰਹੇ ਨੇ ਉਹਨਾਂ ਨੂੰ ਚਲਾਉਣ ਦੀ ਪਰਮਿਸ਼ਨ ਸਿਰਫ ਸਪੈਸ਼ਲ ਯੂਜ਼ਰਸ ਕੋਲ ਹੋਵੇਗੀ, ਜਿਹਨਾਂ ਕੋਲ ਫੋਰ ਐਗਜ਼ਾਮਪਲ ਯੂਜ਼ਰ ਨੇਮ ਪਾਸਵਰਡ ਹੈ, ਸਿਰਫ ਉਹੀ ਚਲਾ ਸਕਦੇ ਹਾਂ ਬਾਹਰ ਤੋਂ। ਤਾਂ ਐਕਸਟਰਾਨੈੱਟ ਦੇ ਵਿੱਚ ਕਿਆ ਹੋਵੇਗਾ ਕਿ ਆਪਾਂ ਜੁੜੇ ਹੋਏ ਹਾਂ, ਬਾਹਰ ਵੀ ਜੁੜੇ ਹੋਏ ਹਾਂ, ਪਰ ਸਿਰਫ ਉਹ ਚਲਾ ਪਾਏਗਾ ਜਿਸ ਕੋਲ ਪਰਮਿਸ਼ਨ ਹੈ, ਲਾਈਕ ਯੂਜ਼ਰ ਨੇਮ ਪਾਸਵਰਡ ਹੈ, ਸਿਰਫ ਉਹ ਚਲਾ ਪਾਵੇਗਾ। ਤਾਂ ਇਸ ਦੇ ਨਾਲ ਆਪਣਾ ਸੈਸ਼ਨ ਫਿਨਿਸ਼ ਹੁੰਦਾ ਹੈ ਜੀ, ਅਤੇ ਜੋ ਇਸ ਦੇ ਵਿੱਚ ਕੁਐਸਚਨਸ ਹੈ ਇੱਕ ਵਾਰੀ ਉਸਨੂੰ ਜ਼ਰੂਰ ਕਵਰ ਕਰਨਾ, ਅਤੇ ਫਿਲਅਪਸ ਕਾਫੀ ਈਜ਼ੀ ਹੈ। ਆਈ ਹੋਪ ਕਿ ਸਾਰਿਆਂ ਨੂੰ ਸਮਝ ਆਇਆ ਹੋਵੇਗਾ। ਥੈਂਕ ਯੂ ਐਂਡ ਹੈਵ ਅ ਨਾਈਸ ਡੇ। ਕਮੈਂਟ, ਸ਼ੇਅਰ ਐਂਡ ਲਾਈਕ ਜ਼ਰੂਰ ਕਰਿਓ, ਸੋ ਡੈਟ ਮੈਂ ਨੈਕਸਟ ਵੀਡੀਓ ਲੈ ਕੇ ਆ ਸਕਾਂ ਤੁਹਾਡੇ ਨਾਲ। ਆਪਣੇ ਫਰੈਂਡਸ ਨਾਲ ਜ਼ਰੂਰ ਸ਼ੇਅਰ ਕਰੋ, ਜ਼ਰੂਰੀ ਨਹੀਂ ਹੈ ਆਈ ਟੀ ਦਾ ਸਟੂਡੈਂਟ ਹੀ ਹੋਵੇ, ਕੋਈ ਨੋਰਮਲੀ ਨੌਲੇਜ ਬੇਸ ਲਈ ਵੀ ਆਪਾਂ ਸ਼ੇਅਰ ਕਰ ਸਕਦੇ ਹਾਂ। ਥੈਂਕ ਯੂ ਐਂਡ ਲਵ ਯੂ ਗਾਇਜ਼, ਬਾਏ।